ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਜੀ ਲਓ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ ਸਾਡੇ ਯੂਟਿਊਬ ਚੈਨਲ 'ਤੇ ਅਤੇ ਇਸ ਟਾਈਮ ਹੈਗਾ ਮੈਂ ਮੈਟਰੋ ਸਟੇਸ਼ਨ 'ਤੇ ਅਤੇ ਸਾਡਾ ਦਿੱਲੀ 'ਚ ਦੂਜਾ ਦਿਨ ਵਾ ਸੋ ਅੱਜ ਆਪਾਂ ਨੂੰ ਜਿਹੜਾ ਪਹਿਲਾਂ ਕੰਮ ਆ ਪਹਿਲਾਂ ਉਹ ਕਰ ਲਈਏ ਅਤੇ ਆਪਾਂ ਤੁਹਾਨੂੰ ਮਿਲਦੇ ਹਾਂ ਫਿਰ ਬਾਅਦ 'ਚ ਜੋ ਆਪਾਂ ਜਿੱਥੇ ਜਾਵਾਂਗੇ ਤੁਹਾਨੂੰ ਅੱਜ ਦਿਖਾਵਾਂਗੇ ਲਾਲ ਕਿਲ੍ਹਾ ਅਤੇ ਬਾਕੀ ਹੋਰ ਜਗ੍ਹਾ ਜਿੱਥੇ ਵੀ ਜਾਂਦੇ ਹਾਂ ਸੋ ਲੋਕ ਨਾਲ ਜੁੜੇ ਰਹੋ ਐਂਡ ਤੱਕ ਜ਼ਰੂਰ ਦੇਖਿਓ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਜਲਦੀ ਜਲਦੀ ਵੀਡੀਓ ਨੂੰ ਅਤੇ ਮਿਲਦੇ ਹਾਂ ਜੀ ਫਿਰ ਓਕੇ ਪੂਰੀ ਘੈਂਟ ਤੈਨੂੰ ਕਿਹਾ ਧਿਆਨ ਹੈ ਇੱਥੇ ਸਾਡੇ ਥੱਲੇ ਭੁਲੇਖਾ ਬਹੁਤ ਪੈਂਦਾ ਬੜਾ ਇਹਨਾਂ 'ਤੇ ਭੁਲੇਖਾ ਜਿਹਾ ਪੈਂਦਾ ਉੱਦਾਂ ਕੰਮ ਲੋਟ ਵਾ ਇੱਥੇ ਉੱਦਾਂ ਕੰਮ ਲੋਟ ਆ ਮਸ਼ੀਨ ਜਿਹੀ ਵਾਲੀ 'ਤੇ ਉੱਦਾਂ ਮਾੜਾ ਜਿਹਾ ਹੋ ਜਾਂਦਾ ਦੇ ਤਾਂ ਮੈਂ ਕਿਹਾ ਕੈਨੇਡਾ ਆ ਪੂਰੀ ਬਈ ਵਧੀਆ ਆ ਇਹਦੇ ਵਿੱਚ ਜਾਣ ਕੇ ਜਿੱਥੇ ਜਾਣਾ ਉੱਥੋਂ ਭਰ ਦਿਉ ਅਤੇ ਇਹ 'ਚ ਪੈਸੇ ਬਾਅਦ ਉਹ 'ਚ ਟੋਕਨ ਆ ਜਾਂਦਾ ਚਲੀਏ ਫਿਰ ਹੁਣ ਆਪਾਂ ਜਾ ਰਹੇ ਹਾਂ ਕੁੱਤਬ ਮਿਨਾਰ ਉੱਥੇ ਆ ਕੇ ਮਿਲਦੇ ਹਾਂ ਕੁੱਤਬ ਮਿਨਾਰ ਉੱਥੇ ਆ ਕੇ ਮਿਲਦੇ ਹਾਂ ਯਾਰ ਭਾਈ ਇੱਥੇ ਦਾ ਬਾਲਾ ਹੁਣ ਪਰਲੀ ਸਾਈਡ ਜਾਣਾ ਉਧਰ ਦੀ ਪਹਿਲਾਂ ਅਸੀਂ ਇੱਧਰ ਘੁੰਮੀ ਗਏ ਇੱਧਰ ਹੁਣ ਉਦਾਂ ਪੈਰ ਜੇ ਤਾਂ ਲੱਗੇ ਹੋ ਆ ਇਹ ਉੱਥੇ ਕੰਮ ਖਤਮ ਜੇ ਹੋ ਜਾਂਦੇ ਆ ਤੇ ਉਹ ਕਹਿੰਦੇ ਪਰਲੀ ਸਾਈਡ ਜਾਣਾ ਪੈਣਾ ਅਤੇ ਹੁਣ ਅਸੀਂ ਚੱਲੇ ਕੁੱਤਬ ਮਿਨਾਰ ਕੁੱਤਬ ਮਿਨਾਰ ਜਾ ਕੇ ਫਿਰ ਤੁਹਾਨੂੰ ਉੱਥੇ ਮਿਲਦੇ ਹਾਂ ਹਾਂ ਫਿਰ ਆ ਗਈ ਬਾਬੇ ਮਸ਼ੀਨ ਇਹਦੇ ਕਰਕੇ ਬਚਾਅ ਹੋਇਆ ਆਪਣਾ ਕੰਮ ਤਾਂ ਲੋੜ ਵਾ ਆਪਣਾ ਉੱਦਾਂ ਮਿਲਦੇ ਹਾਂ ਤੁਹਾਨੂੰ ਕੁੱਤਾ ਮਿਨਾਰ ਜਾ ਕੇ ਬਹੁਤ ਘੁੰਮਣਾ ਪੈ ਰਿਹਾ ਜੀ ਥੋੜ੍ਹੇ ਟਾਈਮ ਲਈ ਬਹੁਤ ਜ਼ਿਆਦਾ ਘੁੰਮਣਾ ਪੈ ਰਿਹਾ ਫੀਲਿੰਗ ਕੈਨੇਡਾ ਵਾਲੀ ਫੀਲਿੰਗ ਕੈਨੇਡਾ ਵਾਲੀ ਨਾਲ ਆਪਣੇ ਬੰਟੀ ਵੀਰ ਫੀਲਿੰਗ ਕੈਨੇਡਾ ਵਾਲੀ ਹਾਂਜੀ ਅਤੇ ਆਪਾਂ ਪਹੁੰਚ ਗਏ ਹਾਂ ਕੁੱਤਬ ਮਿਨਾਰ ਸੋ ਗੇਟ ਦੀ ਐਂਟਰੀ ਆ ਜਿਹੜੀ ਉਹ ਹੈਗੀ ਆ ਬੰਦ ਹੋਈ ਉਹ ਆ 26 ਤਰੀਕ ਤੋਂ ਅਤੇ ਐਂਟਰ ਨਹੀਂ ਕਰਨ ਜਾਣ ਦਿੱਤਾ ਅੰਦਰ 26 ਤਰੀਕ ਤੋਂ ਬੰਦ ਵਾ ਅਤੇ ਹੁਣ ਕਹਿੰਦੇ ਇਲੈਕਸ਼ਨਾਂ ਤੋਂ ਬਾਅਦ ਖੁੱਲ੍ਹਣੀ ਆ ਸੋ ਆਪਾਂ ਇੱਥੋਂ ਮੁੜਨਾ ਪੈਣਾ ਆਪਾਂ ਨੂੰ ਸੜਕ 'ਤੇ ਖੜ ਕੇ ਫੋਟੋਆਂ ਖਿੱਚ ਕੇ ਜਾਵਾਂਗੇ ਸੋ ਇੱਥੋਂ ਦੇਖਣਾ ਪੈਣਾ ਆਪਾਂ ਨੂੰ ਕਹਿੰਦੇ 26 ਤਰੀਕ ਤੋਂ ਇਹਨਾਂ ਦੀ ਇਹ ਗੇਟ ਦੀ ਐਂਟਰੀ ਬੰਦ ਆ ਸੋ ਇੱਥੋਂ ਦੇਖ ਕੇ ਆਪਾਂ ਨੂੰ ਮੁੜਨਾ ਪੈਣਾ ਆ ਚਲੋ ਕੋਈ ਨਾ ਨੈਕਸਟ ਵਾਰ ਦੇਖਾਂਗੇ ਜੇ ਆ ਹੋਇਆ ਤਾਂ ਅੰਦਰ ਜ਼ਰੂਰ ਦੇਖ ਕੇ ਜਾਵਾਂਗੇ ਸੋ ਇੱਥੋਂ ਆਪਾਂ ਨੂੰ ਦੇਖ ਕੇ ਜਾਣਾ ਪੈਣਾ ਆ ਧੰਨ ਜੇ ਕਹਾ ਬਾਈ ਜਿਹਨੇ ਬਣਾਇਆ ਹੋਊਗਾ ਬੜਾ ਉੱਚਾ ਆ ਆ ਫੋਨ 'ਚ ਤੁਹਾਨੂੰ ਲੱਗਦਾ ਹੋਣਾ ਕਿ ਨੀਮ ਆਇਆ ਬਾਹਲਾ ਪਰ ਹੈਗਾ ਬਾਹਲਾ ਲੰਬਾ ਆ ਧੰਨ ਜੇ ਕਰਾ ਹੋਣਾ ਜਿਹਨੇ ਬਣਾਇਆ ਹੋਊਗਾ ਬਾਜੂ ਪੂਰੀ ਦੇਖਣੇ ਵਾਲੀ ਆ ਪਲੈਨ ਆਪਣਾ ਜਿਹੜਾ ਸੀਗਾ ਉਹ ਸਾਰਾ ਹੋ ਗਿਆ ਫੇਲ ਅਤੇ ਆਪਾਂ ਨੂੰ ਵੀ ਇੱਥੋਂ ਮੁੜ ਕੇ ਜਾਣਾ ਪੈ ਰਿਹਾ ਆ ਆਪਾਂ ਨੂੰ ਪਤਾ ਨਹੀਂ ਸੀ ਇਹਨਾਂ ਕਿ ਬੰਦ ਵਾ ਜਾਂ ਖੁੱਲ੍ਹਾ ਆ ਸੋ
इतने आगे पता लगा कहते बंद हुआ हूँ इतों मुड़ना पैना। बाकी देखते हैं लाल किले का भी कहते इदा ही वह भी बंद ही आ धुप नहीं निकली और बदल हो गया मौसम पूरा घेंट वाएन तो तुम देख सकते हैं इस रोड से इतने ही ज़्यादा रश हुआ होर नहीं कितने है सो इस एंगल तो थोड़ा ज़्यादा दिस रहा है सो फोटो फोटो पाने एंगल आवाजा थोड़ा इग्नोर करो क्योंकि आप इस टाइम रोड से तो आप इतने चलो झाड़ियाँ गई अपन इतों सगो मुड़ के जाना पै रहा है तो तुम देख सकते हैं अंदर भी काफ़ी देखने वाला है सो सॉरी इतों मुड़ के जाना पै रहा अपन पकड़ के रखना इतने जैसे था पकड़ के इधर भी घुमा देना सभी इधर भी घुमा देना उधर भी घुमा देना ठीक है सब घुमा दूंगा भाई आ मुंडे ने सानू वीडियो बना के दी भाई थैंक जिन्ना भी हो सकता तुम्हें दिखाता अभी मुंडे ने बना दी वीडियो तो हम आप चलीए लाल किला वो देख के फिर अभी चल जाना मिलते हैं जी फिर लाल किले हूँ अभी घूम रहे थे बाजार च बाजार ही घूम रहे थे चांदनी चौंक बाजार से उसे सू दो तीन घंटे लग गए घूमद्या हूँ अभी पहुँच गए लाल किला लाल किला तू दिखाने हूँ टाइम सू बहुत हो गया घूमद्या चार घंटे हो गए आ चांदनी चौंक बाजार से घूम जाने समान भी है एंड ही है इतने दिखाने भी तू लाल किला मिलते हैं जी तो हूँ असी आ गए हैं जी लाल किला तुम इतों देख सकते हैं क्योंकि एंट्री करनी इतों भी बंद ही आ देख सकते हैं तुम लाल किला लाइटा जग रही है जे कि एंट्री होंगी अंदरों नज़ारा आ जाना ही देखने का चलो कोई बात नहीं कोई बात नहीं यहीं से देख लो आप ओ जी लाल किले तो भी मुड़ चले अभी लाल किला भी देख लिया हम आप थोड़ा बाजार घूम लीए तो तुम देख सकते हैं रश बहुत वा ये भी मुंडा साढ़े नाल मेरे नाल आया ये इन मैं लैके आया देख सकते हैं ये मैनू लैके आया लो जी जे कहते खुला आता नज़ारा वखरा जी चलिए घूम लीए भाई बाजार है ना हम चलो बाजार हम घूम लीए फोटो खिंच लें बाजार घूम लीए फिर मिलते हैं जी रात हो गई आ दो दूजा दिन अपना इतने दिल्ली देख सकते हो तुम बाजार च किसी भी बाजार च वीडियो बनाई अलाउड नहीं हैगी तो आप इस करके नहीं बनाई आप घूमे का बहुत वा घूमे तो आप बहुत ही जगह है उदा सारे बाजार घूम लिया पर किसी बाजार च वीडियो बनाई अलाउड नहीं है तो हम आप लाल किले से हाँ घूमना आप बहुत कुछ सी तो करोना के करके सारा कुछ बंद ही हाल इंडिया गेट भी जाना थी पर अज रात है घर को वापस जाना तो हम अभी थोड़ा बहुत बाजार घूम लीए बाजार च वीडियो भी इस करके नहीं बनाने बाजार से वीडियो बनाई अलाउड नहीं है मिलते हैं सू एयरपोर्ट से बस स्टैंड से बाजार च रश बहुत वा देख सकते हैं तुम रश ही रश कहते आ भी जरूरी है ये भी मुक जाता छेती इस टाइम अभी गुरुद्वारा शीशगंज साहब के नाल बाजार च अभी घूम रहे हैं इधर
ਤੁਸੀਂ ਦੇਖ ਸਕਦੇ ਆ ਬਈ ਯਾਰ ਬਹੁਤ ਵੱਡਾ ਆ ਤੁਹਾਨੂੰ ਪਤਾ ਹੀ ਆ ਦਿੱਲੀ ਦਾ ਬਜ਼ਾਰ ਕਿਦਾਂ ਹੁੰਦਾ ਸੋ ਹੁਣ ਅਸੀਂ ਬਜ਼ਾਰ ਘੁੰਮ ਕੇ ਤੇ ਚੱਲੀਏ ਆਪਾਂ ਪਿੰਡਾਂ ਨੂੰ ਪਿੰਡਾਂ ਵਾਲੀ ਬੋਲੀ 'ਤੇ ਆ ਜਾਂਦੇ ਹਾਂ ਅਤੇ ਮਿਲਦੇ ਹਾਂ ਜੀ ਫਿਰ ਬਜ਼ਾਰ ਘੁੰਮ ਲਈਏ ਹਾਂਜੀ ਅਤੇ ਬਜ਼ਾਰ ਅਸੀਂ ਘੁੰਮ ਲਿਆ ਆ ਖਾ ਪੀ ਵੀ ਲਿਆ ਆ ਅਤੇ ਹੁਣ ਆਪਾਂ ਚੱਲੇ ਹਾਂ ਘਰ ਦੇ ਠੀਕ ਆ ਜੀ ਅਤੇ ਫਿਰ ਕਦੀ ਆਵਾਂਗੇ ਦਿੱਲੀ ਅਤੇ ਫਿਰ ਜਾਂ ਖੁੱਲ੍ਹਾ ਹੋਇਆ ਸਾਰਾ ਕੁਛ ਫਿਰ ਆਪਾਂ ਦੁਬਾਰਾ ਤੋਂ ਵੀਡੀਓ ਬਣਾ ਕੇ ਲੈ ਕੇ ਜਾਵਾਂਗੇ ਸੋ ਇੱਥੇ ਤੱਕ ਅਸੀਂ ਆਪਣੇ ਵਲੌਗ ਅਤੇ ਹੁਣ ਆਪਾਂ ਚੱਲੇ ਹਾਂ ਘਰ ਨੂੰ ਅਤੇ ਮਿਲਦੇ ਹਾਂ ਨੈਕਸਟ ਵੀਡੀਓ।